पंजाब के वक्-वक् जिलों में नौजवानों ने प्रधानमंत्री के ऐलान का स्वागत करदिया इस नौजवानों के भविख लिए एक बेहतरीन ते शानदार फैसला दसिया है। बठिंडा में साडे पत्रकार अमृतपाल सिंह नाल गलबात करदिया नौजवानों समेत होरना वक-वक् वर्गों के लोगों ने कहा कि इस फैसले ने बेरोजगारी की समस्या का सामना करते नौजवानों को राहत पहुंचाई है। गवर्नमेंट ने बहुत वधिया कीता क्योंकि जॉब की कमी करके ही काफ़ी सारे जिहड़े बच्चे है अपने पेरेंट्स तो दूर जा रहे हैं ताकि वह अपने पेरेंट्स की सारिया नीड्स नू फुलफिल कर सकन इत्थे करके फिर हुण जे गवर्नमेंट ये स्टैप चक रही है तो फिर काफ़ी ज़्यादा वधिया होगा भी जिहड़े पेरेंट्स कल्ले रहिंदे उन्हां दे बच्चे उन्हां नाल रहिण लग जाणगे ਜਿਹਦੇ ਨਾਲ ਗਵਰਨਮੈਂਟ ਨੂੰ ਵੀ ਹੈਲਪ ਹੋਊ ਤੇ ਪੇਰੈਂਟਸ ਨੂੰ ਵੀ ਬਹੁਤ ਹੈਲਪ ਹੋਣੀ। ਹਾਂ ਇਹ ਅੱਜ ਕੱਲ ਜਿਵੇਂ ਕਿ ਅਨਇੰਪਲੋਇਮੈਂਟ ਬਹੁਤ ਵਧੀ ਪਈ ਆ ਇਹ ਬਹੁਤ ਵਧੀਆ ਫੈਸਲਾ ਵੀ ਆ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਧਿਆਨ ਦੇਣਾ ਚਾਹੀਦਾ ਹੈਗਾ ਪਰ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜਾ ਕੇ ਇਹ ਬੱਚਿਆਂ ਨੂੰ ਬਾਹਰ ਜਾਣ ਤੋਂ ਕਿਤੇ ਨਾ ਕਿਤੇ ਰੋਕੂਗਾ ਵੀ ਇਨਫਲੂਐਂਸ ਕਰਦਾ। ਨੌਜਵਾਨ ਪੜ੍ਹੇ ਲਿਖੇ ਡਿਗਰੀਆਂ ਲਈ ਫਿਰਦੇ ਆ ਬੇਰੁਜ਼ਗਾਰ ਤੁਰੇ ਫਿਰਦੇ ਆ ਜੇ ਉਹ ਨੌਕਰੀਆਂ ਕਰਨਗੇ ਤਾਂ ਆਪਦਾ ਵਧੀਆ ਖਰਚਾ ਵੀ ਚਲਾ ਪਾਉਣਗੇ ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਬਿਨਾਂ ਨੌਕਰੀਆਂ ਤੋਂ ਕਰਕੇ ਨੌਜਵਾਨ ਆਈਲੈਟਸ ਕਰਕੇ ਬਾਹਰ ਜਾ ਰਹੇ ਆ ਕਿਉਂਕਿ ਉਹਨਾਂ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਫੈਮਿਲੀਆਂ ਦੀਆਂ ਬਹੁਤ ਹੀ ਲੋੜਾਂ ਨੇ ਜਾਂ ਅੱਛੀ ਲਾਈਫ ਨਹੀਂ ਜਿਉਂ ਪਾਉਂਦੇ ਜੇ ਅਸਰ ਸਰਕਾਰ ਨੌਕਰੀਆਂ ਦੇ ਦਊਗੀ ਤਾਂ ਹਰੇਕ ਹੀ ਬੰਦਾ ਆਪਣਾ ਆਪਦਾ ਸਕਸੈਸ ਹੋ ਸਕਦਾ ਜ਼ਿੰਦਗੀ ਦੇ ਵਿੱਚ। ਵੈਲਕਮ ਕਰਦੇ ਹਾਂ ਕਿ ਉਹਨਾਂ ਨੇ ਯੂਥ ਲਈ ਇੱਕ ਨਵਾਂ ਸਟੈਪ ਲਿੱਤਾ ਅਤੇ ਅਸੀਂ ਵੀ ਇਹਨੂੰ ਐਪਰੀਸ਼ੀਏਟ ਕਰਦੇ ਹਾਂ। ਬੱਚੇ ਆਪਣੇ ਇੰਡੀਆ ਆਪਣੀ ਕੰਟਰੀ 'ਚ ਰਹਿ ਕੇ ਆਪਣੇ ਪੇਰੈਂਟਸ ਕੋਲ ਆਪਣੀ ਆਪਣੀ ਕੰਟਰੀ ਨੂੰ ਅੱਗੇ ਲੈ ਕੇ ਜਾਣਗੇ ਜਿਵੇਂ ਹੁਣ ਆਪਣਾ ਯੂਥ ਬਾਹਰ ਜਾ ਰਿਹਾ ਉਹਨਾਂ ਦੀ ਕੰਟਰੀ ਲਈ ਵਰਕ ਕਰ ਰਿਹਾ ਤਾਂ ਫਿਰ ਜੇ ਆਪਾਂ ਇੱਥੇ ਰਵਾਂਗੇ ਤਾਂ ਆਪਾਂ ਆਪਦੀ ਕੰਟਰੀ ਲਈ ਵਰਕ ਕਰਾਂਗੇ। ਯੂਥ ਨੂੰ ਤਾਂ ਜੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਕੋਈ ਯੂਥ ਹੁਣ ਤਿਆਰੀਆਂ ਕਰਨ ਲੱਗ ਜੂਗਾ ਹੈ ਨਾ ਜੀ ਅਲੱਗ ਅਲੱਗ ਵਰਗਾਂ ਦੇ ਜਿਹੜੇ ਬੱਚੇ ਹੈਗੇ ਅਲੱਗ ਅਲੱਗ ਫੀਲਡ ਦੇ ਵਿੱਚ ਆ ਉਹਨਾਂ ਨੂੰ ਫਾਇਦਾ ਹੋਊਗਾ ਅਤੇ ਕੋਈ ਘਰਾਂ ਨੂੰ ਵੀ ਫਾਇਦਾ ਹੋਊ ਜਦੋਂ ਕੋਈ ਬੱਚਾ ਨੌਕਰੀ 'ਤੇ ਲੱਗਦਾ ਤਾਂ ਉਹਨਾਂ ਦੇ ਐਬਸੋਲੂਟਲੀ ਘਰ ਨੂੰ ਜ਼ਰੂਰ ਫਾਇਦਾ ਹੁੰਦਾ ਹੈਗਾ ਜੀ। ਇਹ ਬਹੁਤ ਵੱਡਾ ਇੱਕ ਫਾਇਦਾ ਹੋਊਗਾ ਆਪਣੇ ਯੂਥ ਹੈ ਜਿਹੜੇ ਇੱਕ ਇਕਨੋਮਿਕਲੀ ਵੀ ਗਰੋਥ ਹੋਊਗਾ ਜਿਹੜੇ ਅੱਜ ਦੇ ਯੂਥ ਆ ਮੋਸਟਲੀ ਅਨਇੰਪਲੋਇਡ ਆ ਕਿ ਇੰਜੀਨੀਅਰਿੰਗ ਕੀਤੀ ਵੀ ਆ ਬਹੁਤ ਜੀ ਫੀਲਡ 'ਚ ਅੱਡ ਅੱਡ ਫੀਲਡ 'ਚ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹਨਾਂ ਨੂੰ ਸਫਲਤਾ ਮਿਲੂਗੀ ਇੱਕ ਸਕਸੈਸ ਮਤਲਬ ਇੱਕ ਡੈਸਟੀਨੇਸ਼ਨ ਮਿਲ ਜੂਗੀ ਉਹਨਾਂ ਨੂੰ ਜਿਸ ਹਿਸਾਬ ਨਾਲ ਹੁਣ 10 ਲੱਖ ਜੋਬ ਅਪੋਰਚੁਨਿਟੀ ਦੇਣ ਨੂੰ ਫਿਰਦੀ ਹੈ ਗੌਰਮੈਂਟ ਜਿਹੜੀ ਬੀਜੇਪੀ ਦੀ ਗੌਰਮੈਂਟ ਆ ਉਹ ਇੱਕ ਬਹੁਤ ਜ਼ਿਆਦਾ ਫਾਇਦਾ ਹੋਊਗਾ ਆਪਣੇ ਇੰਡੀਅਨਸ ਨੂੰ ਵੀ ਅਤੇ ਇਹਦੀ ਗਰੋਥ ਨੂੰ ਵੀ ਸਕਸੈਸਫੁਲ ਹੋਣਗੇ ਅੱਜ ਕੱਲ੍ਹ ਬੱਚੇ।